ਪੁਲਿਸ ਦਾ ਹੁਣ ਡੰਡਾ ਦੇਖਣ ਨੂੰ ਮਿਲ ਰਿਹਾ। ਪੁਲਿਸ ਮੁਲਾਜ਼ਮ ਸਾਰਿਆਂ ਨੂੰ ਹੁਣ ਤਿੱਤਰ ਬਿੱਤਰ ਕਰਦੇ ਨਜ਼ਰ ਆ ਰਹੇ ਨੇ, ਹੁਣ ਦੰਗਬਾਜ਼ੀ ਕਰਦੇ ਨਜ਼ਰ ਆ ਰਹੇ ਨੇ। ਮੋਹਾਲੀ ਦੇ 3B2 ਦੇ ਵਿੱਚ ਕਾਫੀ ਇਕੱਠ ਹੋਇਆ, ਜਿਸ ਨੂੰ ਲੈ ਕੇ ਹੁਣ ਪੁਲਿਸ ਦਾ ਹੁਣ ਡੰਡਾ ਦੇਖਣ ਨੂੰ ਮਿਲ ਰਿਹਾ। ਪੁਲਿਸ ਹੁਣ ਭਜਾਉਂਦੀ ਨਜ਼ਰ ਆ ਰਹੀ, ਤਸਵੀਰਾਂ ਤੁਸੀਂ ਵੇਖ ਰਹੇ ਹੋ। ਜਿੰਨੇ ਵੀ ਇੱਥੇ ਹੁਣ ਦੰਗਬਾਜ਼ੀ ਕਰਦੇ ਨਜ਼ਰ ਆ ਰਹੇ ਨੇ, ਸਾਰਿਆਂ ਤੇ ਹੁਣ ਡਾਂਗ ਫੇਰਦੇ ਨਜ਼ਰ ਆ ਰਹੇ ਨੇ। ਪੁਲਿਸ ਮੁਲਾਜ਼ਮ ਸਾਰਿਆਂ ਨੂੰ ਹੁਣ ਤਿੱਤਰ ਬਿੱਤਰ ਕਰਦੇ ਨਜ਼ਰ ਆ ਰਹੇ ਨੇ। ਤਸਵੀਰਾਂ ਤੁਸੀਂ ਵੇਖ ਰਹੇ ਹੋ ਮੋਹਾਲੀ ਦੇ 3B2 ਮਾਰਕੀਟ ਦੀਆਂ ਤਸਵੀਰਾਂ ਨੇ, ਜਿੱਥੇ ਸਾਰਿਆਂ ਨੂੰ ਹੁਣ ਤਿੱਤਰ ਬਿੱਤਰ ਕੀਤਾ ਜਾ ਰਿਹਾ, ਕਿਉਂਕਿ ਕਾਫੀ ਇੱਥੇ ਇਕੱਠ ਹੋ ਰਿਹਾ ਸੀਗਾ, ਜਿਸ ਨੂੰ ਲੈ ਕੇ ਪੁਲਿਸ ਹੁਣ ਸਾਰਿਆਂ ਨੂੰ ਭਜਾਉਂਦੀ ਨਜ਼ਰ ਆ ਰਹੀ। ਹਾਲਾਂਕਿ ਕਈ ਗਰਾਊਂਡ ਦੇ ਵਿੱਚ ਭੱਜ ਰਹੇ ਨੇ, ਦੂਜੇ ਕਿੱਥੇ ਇੱਧਰ ਉੱਧਰ ਭੱਜ ਰਹੇ ਨੇ, ਹੁੜਦੰਗਬਾਜ਼ੀ ਕਰਦੇ ਨਜ਼ਰ ਆ ਰਹੇ ਸੀ, ਜਿਸ ਨੂੰ ਲੈ ਕੇ ਹੁਣ ਪੁਲਿਸ ਸਾਰਿਆਂ ਦੇ ਹੁਣ ਪਿੱਛੇ ਭੱਜਦੀ ਨਜ਼ਰ ਆ ਰਹੀ ਹੈ। ਤਸਵੀਰਾਂ ਤੁਸੀਂ ਵੇਖ ਰਹੇ ਹੋ ਮੋਹਾਲੀ ਦੇ 3B2 ਮਾਰਕੀਟ ਦੀਆਂ ਤਸਵੀਰਾਂ ਨੇ, ਜਿੱਥੇ ਪੁਲਿਸ ਵੱਲੋਂ ਲਗਾਤਾਰ ਸਖ਼ਤੀ ਕੀਤੀ ਜਾ ਰਹੀ ਹੈ। ਮੋਹਾਲੀ ਦੇ 3B2 ਮਾਰਕੀਟ ਦੀਆਂ ਤਸਵੀਰਾਂ ਨੇ, ਜਿੱਥੇ ਹੁਣ ਪੁਲਿਸ ਵੱਲੋਂ ਲਗਾਤਾਰ ਸਖ਼ਤੀ ਕੀਤੀ ਗਈ ਹੈ, ਤੇ ਹੁਣ ਸਾਰਿਆਂ ਨੂੰ ਤਿੱਤਰ ਬਿੱਤਰ ਕੀਤਾ ਜਾ ਰਿਹਾ। ਸਾਫ਼ ਤੌਰ ਤੇ ਕਿਸੇ ਨੂੰ ਵੀ ਹੁੱਲੜਬਾਜ਼ੀ ਨਹੀਂ ਕਰਨ ਦਿੱਤੀ ਜਾਏਗੀ, ਇਹ ਬੜਾ ਕਲੀਅਰ ਹੈ। ਤੇ ਪੁਲਿਸ ਵੱਲੋਂ ਪੂਰਾ ਇੱਥੇ ਖਾਲੀ ਕਰਾ ਗਿਆ, ਜਿੰਨਾ ਵੀ ਜਿਹੜਾ ਮੌਬ ਸੀਗਾ ਉਹਨੂੰ ਵੀ ਸਾਰਿਆਂ ਨੂੰ ਜਿਹੜਾ ਹੈਗਾ ਇੱਥੋਂ ਭਜਾ ਦਿੱਤਾ ਗਿਆ। ਹੁੱਲੜਬਾਜ਼ੀ ਕਰਨ ਤੋਂ ਕਾਰਵਾਈ ਕੀਤੀ ਜਾ ਰਹੀ ਹੈ, ਟ੍ਰਿਪਲ ਰਾਈਡਿੰਗ ਜਾਂ ਫਿਰ ਕੋਈ ਵੀ ਕਰਦਾ ਤਾਂ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਮੋਹਾਲੀ ਤੋਂ ਕੈਮਰਾਮੈਨ ਰਜਿੰਦਰ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।